أعوذ بالله من الشيطان الرجيم بسم الله الرحمن الرحيم وما أرسلناك إلا رحمة للعالمين صدق الله العظيم معزز سامعین السلام علیکم دل دی عطا کرائیں نال اس محفل دے میزبان بھائی افتخار صاحب انہاں دے رفقا احباب جتنے بھی جنہاں نے بھی انتظام وچ کوئی دامے درمے قدمے وقتے سخنے کوئی بھی حصہ حضور دی بارگاہ پیش کیتا ہے دعا ہے اللہ تبارک و تعالی اپنے محبوب دیا حسین زلفاں دا صدقہ اپنی بارگاہ وچ قبول فرمائے ساریاں گلاں دا نچوڑ اے کہ سلطان بہو رحمۃ اللہ علیہ نے فرمایا کہ رب انہاں نوں ملدا باہو نیتاں جنہاں دیاں سچیاں ہو تے جڑا بندہ نیت سچی لے کے سچی بارگاہ وچ آوے او دا مول ضرور پیندا ہے جے تسی سچی نیت نال حضور دی بارگاہ وچ آئے ہو اسی نیت نال درود پاک بھی سچے تے سونے طریقے نال بابا سے بلند پڑھو صلی اللہ علیہ کا یا رسول اللہ وسلم علیک یا حبیب اللہ صلی اللہ علیک یا میں تہاڈی آواز سننا چاہنا میں خود خاموش اس نہیں کہ میں درود بھول گیا میں آندا ہے کہ تھوڑی سننا چاہنا کہ تسی پڑھ دے پے کو نہیں پڑھ دے پے صلی اللہ علیہ یا رسول اللہ وسلم علیک یا حبیب اللہ ہر رت روئے گلے آخدائے ہر رت روئے گلے آخدائے کی آخدائے ہر رت روئے گلے آخدائے غم خار نو کڑ نہیں ہوندی ہر اتھروئے گلے آخدائے غم خار نو کنڈ نہیں ہوندی آئے ہر اتھروئے گلے آخدائے غم خار نو کنڈ نہیں ہوندی ہر حاکم دل پہ آئے آخدائے دلدار نو کنڈ نہیں ہوندی دلدار نو کنڈ نہیں ہوں دے دلدار نو کنڈ نہیں ہوں دے ہر حاکم دل پہ آخ دے دلدار نو کنڈ نہیں ہوں دے بو بکر عمر عثمان علی کسے یار نو کنڈ نہیں ہو سرکار نو سرکار نو کنڈ نہیں ہوں دے سرکار نو کنڈ نہیں ہوں دے بے نور نگاہاں نو چلے تو جو بے تھوڑا جہا ذرا
ਮੇਰੇ ਵੱਲ ਤਵਜੋ, ਮੇਰੇ ਲਫ਼ਜ਼ਾਂ ਵੱਲ ਤਵਜੋ ਕਰਸੋ ਤੇ ਮੈਂ ਕੁਝ ਸੁਣਾ ਦਿਸਾਂ, ਵਰਨਾ ਹਜ਼ੂਰ ਦੀ ਮਹਿਫਲ ਹੈ, ਅੱਲਾ ਵੀ ਸੁਣਦਾ ਪਿਆ, ਅੱਲਾ ਦੇ ਫਰਿਸ਼ਤੇ ਵੀ ਸੁਣਦੇ ਪਏ, ਤੇ ਜਿਹੜਾ ਚੰਗਾ ਸ਼ੇਰ ਹੋਵੇ, ਚੰਗੀ ਗੱਲ ਹੋਵੇ, ਤੇ ਜੇ ਬੰਦੇ ਦੇ ਮੂੰਹ ਵਿੱਚੋਂ ਸੁਭਾਨਅੱਲਾ ਵੀ ਨਾ ਨਿਕਲ ਸਕੇ, ਤਵਜੋ ਹੋਵੇ, ਆ ਬੇਨੂਰ ਨਿਗਾਹਾਂ ਨੂੰ ਚੱਲਿਆ ਆਕਾ ਖੁਦ ਪੁਰ ਨੂਰ ਪੈ ਕਰ ਦਿਨ, ਬੇਨੂਰ ਨਿਗਾਹਾਂ ਨੂੰ ਚੱਲਿਆ ਆਕਾ ਖੁਦ ਪੁਰ ਨੂਰ ਪੈ ਕਰ ਦਿਨ, ਆ ਹਰ ਮੰਗਤਾ ਕੋਲ ਬਿਠਾਮ ਦੇਹਾਂ ਕਦਾ ਮਦਨੀ ਦੂਰ ਪੈ ਕਰ ਦਿਨ, ਹਰ ਮੰਗਤਾ ਕੋਲ ਬਿਠਾਮ ਦੇ ਕਦਾ ਮਦਨੀ ਦੂਰ ਪੈ ਕਰ ਦਿਨ, ਕਾਸਾ ਹਰ ਇੱਕ ਮੰਗਤੇ ਦਾ ਆਕਾ ਖੁਦ ਭਰਪੂਰ ਪੈ ਕਰ ਦਿਨ, ਅੱਲਾ ਪਾਕ ਦੀ ਸਾਰੀਆਂ ਨੇਮਤਾਂ ਨੂੰ ਤਕਸੀਮ ਹਜ਼ੂਰ ਪੈ ਕਰ ਦਿਨ, ਅੱਲਾ ਪਾਕ ਦੀਆਂ ਸਾਰੀਆਂ ਨੇਮਤਾਂ ਨੂੰ ਤਕਸੀਮ ਸਕਣ ਹਜ਼ੂਰ ਪੈ ਕਰ ਦਿਨ, ਤਕਸੀਮ ਹਜ਼ੂਰ ਹਜ਼ੂਰ ਪੈ ਕਰ ਦਿਨ, ਤਕਸੀਮ ਹਜ਼ੂਰ ਪੈ ਕਰ ਦਿਨ। ਸ਼ਾਜੀ ਤੁਹਾਡੇ ਸ਼ੌਕ ਦੇ ਸ਼ੇਰ ਹਵਾਲੇ ਕਰਨਾ, ਜਦੋਂ ਹਜ਼ੂਰ ਸਿਦਰਤੁਲ ਮੁੰਤਹਾ ਕ੍ਰਾਸ ਕੀਤਾ, ਦੁਨੀਆ ਸਮਝੀ ਕਿ ਪਹਿਲੇ ਜਬਰੀਲ ਹਜ਼ੂਰ ਨੂੰ ਦੱਸਦਾ ਹੈ ਕਿ ਇੱਧਰ ਜਾਣਾ ਤੇ ਇੱਧਰ ਜਾਣਾ, ਹੁਣ ਤੇ ਹਜ਼ੂਰ ਸਿਦਰਾ ਕ੍ਰਾਸ ਕਰ ਗਏ ਨੇ, ਹੁਣ ਹਜ਼ੂਰ ਨੂੰ ਕੌਣ ਦੱਸਦਾ ਹੋਵੇਗਾ ਕਿ ਅੱਗੇ ਕਿਵੇਂ ਜਾਣਾ। ਆਸ਼ਿਕ ਆਦਾ ਗੱਲ ਸਮਝਣ ਵਾਲੀ, ਆ ਕਿਸੇ ਉਪਰੇ ਸ਼ਹਿਰ ਚ ਮੰਜ਼ਲ ਲਈ ਮਹਿਮਾਨ ਨੂੰ ਪੁੱਛਣਾ ਪੈਂਦਾ, ਆਖੋ ਤੇ ਮੈਂ ਆਪ ਹੀ ਸੰਭਾਲ ਲਾਂ, ਤੁਸੀਂ ਕਿਹੜੇ ਕੰਮ ਆਇਓ ਮਾਸ਼ਾਅੱਲਾ। ਆ ਕਿਸੇ ਉਪਰੇ ਸ਼ਹਿਰ ਚ ਮੰਜ਼ਲ ਲਈ ਮਹਿਮਾਨ ਨੂੰ ਪੁੱਛਣਾ ਪੈਂਦਾ, ਪਤਾ ਆਪਣੇ ਮੁਲਕ ਦਾ ਕਦ ਕੋਈ ਸੁਲਤਾਨ ਨੂੰ ਪੁੱਛਣਾ ਪੈਂਦਾ, ਪਤਾ ਆਪਣੇ ਮੁਲਕ ਦਾ ਕਦ ਕੋਈ ਸੁਲਤਾਨ ਨੂੰ ਪੁੱਛਣਾ ਪੈਂਦਾ, ਜਿਬਰੀਲ ਤਵਜੋ ਜਿਬਰੀਲ ਨੂੰ ਆਖੋ ਸ਼ਾਮਾਂ ਤੋਂ ਦਰਬਾਰ ਨੂੰ ਪੁੱਛਣਾ ਪੈਂਦਾ, ਜਾਣੀ ਜਾਣ ਨਹੀਂ ਪੁੱਛਦੇ ਰਾਹ ਕਿਵੇਂ, ਅਨਜਾਨ ਨੂੰ ਪੁੱਛਣਾ ਪੈਂਦਾ, ਜਾਣੀ ਜਾਣ ਨਹੀਂ ਪੁੱਛਦੇ ਰਾਹ ਕਿਵੇਂ, ਅਨਜਾਣ ਨੂੰ ਪੁੱਛਣਾ ਪੈਂਦਾ, ਬਲਗਲ ਉਲਾਦ ਕਮਾਲੀ ਕਸ਼ਫਤ ਦੁਜਾ ਬਿਜਮਾਲੀ ਹਸਨਤ ਜਮੀਓ ਖਿਸਾਲੀ, ਕਿਸਮਤ ਵਾਲਾ ਬੋਲੇ ਸੱਲੂ ਅਲੈ ਵਾਲੀ ਸੱਲੂ ਅਲੈ ਵਾਲੀ ਵਾਲੀ ਜਿਹਦੇ ਮੂੰਹ ਤੇ ਰੌਣਕ ਆਈ ਸੁਭਾਨ ਲੱਗੇ, ਨਾਮ ਹੀ ਐਸਾ ਐਸਾ ਦਿਲੋਂ ਕਰੰਟ ਹੋਵੇਗਾ ਤੇ ਕੁਝ ਹੋ ਜਾਏਗਾ। ਆ ਗੱਲ ਅਲੀ ਦੀ ਕਰਦੇ ਆ ਸਹਾਵਾਂ ਦਾ ਸਾਮਾਨ ਖਤਮ ਹੋਵੇ, ਗੱਲ ਅਲੀ ਦੀ ਕਰਦੇ ਆ ਸਹਾਵਾਂ ਦਾ ਸਾਮਾਨ ਖਤਮ ਹੋਵੇ, ਕਿੱਸਾ ਅਲੀ ਦਾ ਹਾਕਮ ਨਹੀਂ ਕਿੱਸਾ ਅਲੀ ਦਾ ਹਾਕਮ ਨਹੀਂ ਮੁੱਕਦਾ, ਇਨਸਾਨ ਖਤਮ ਹੋਵੇ ਦੇ, ਕੀ ਸੁਣਦੇ ਪਏ ਹੋ, ਇਨਸਾਨ ਖਤਮ ਹੋਵੇ ਦੇ, ਹੈਦਰ ਦੇ ਦਰ ਤੇ ਹਰ ਦਿਲ ਦਾ ਅਰਮਾਨ ਖਤਮ ਹੋਵੇ ਦੇ, ਦੂਜਾ ਪੈਰ
ਹੀ ਰੱਖ ਦੇ ਕੁਰਾਨ ਖਤਮ ਹੋਵੇ। ਬੋਲੋ ਤਾਂ ਸਹੀ ਆ। ਹਾਂ ਦੂਜਾ ਪੈਰ ਰਕਾਵਤੇ ਦੂਜਾ ਪੈਰ ਰਕਾਵਤੇ ਨਹੀਂ ਰੱਖਦੇ ਕੁਰਾਨ ਖਤਮ ਹੋਵੇ ਦੇ ਜਿਹਨੂੰ ਗੈਰ ਵੀ ਯਾਰ ਅਮੀਨ ਆਖਣ। ਤੁਸੀਂ ਤੇ ਉਮਤੀ ਹੋ, ਉਹਨੂੰ ਤੇ ਗੈਰ ਵੀ ਅਮੀਨ ਆਖਦੇ ਸਨ ਤੇ ਤੁਸੀਂ ਆਪਣੇ ਹੋ ਕੇ ਸਵਾਲ ਨਹੀਂ ਕਹਿ ਸਕੇ ਆਪਣੇ ਹੋ ਕੇ। ਬੰਦੇ ਮੈਨੂੰ ਚਾਰ ਬਾਹਰੋਂ ਲਿਆਣੇ ਪੈਣੇ ਆ ਜਿਹਨੂੰ ਗੈਰ ਵੀ ਯਾਰ ਅਮੀਨ ਜਿਹਨੂੰ ਗੈਰ ਵੀ ਯਾਰ ਅਮੀਨ ਆਖ ਜਿਹਨੂੰ ਗੈਰ ਵੀ ਯਾਰ ਅਮੀਨ ਆਖ ਉਹ ਅਮੀਨ ਹੁਸੈਨ ਨੂੰ ਪਿਆਰਾ। ਇਹਨਾਂ ਦੀ ਤਵਜੋ ਲਫ਼ਜ਼ਾਂ ਤੇ ਵੀ ਤੇ ਸੁਭਾਨ ਅੱਲਾਹ ਕਹਿ ਦਿਓ। ਆ ਜਿਹਨੂੰ ਗੈਰ ਵੀ ਯਾਰ ਅਮੀਨ ਆਖ ਸ਼ਾਹ ਜੀ ਉਹ ਅਮੀਨ ਹੁਸੈਨ ਨੂੰ ਪਿਆਰੇ ਜਿਹਦੇ ਮੁਖ ਦੀਆਂ ਕਸਮਾਂ ਰੱਬ ਚਾਵੇ ਉਹ ਹਸੀਨ ਹੁਸੈਨ ਨੂੰ ਪਿਆਰੇ ਜਿਹਦੇ ਮੁਖ ਦੀਆਂ ਕਸਮਾਂ ਰੱਬ ਚਾਵੇ ਉਹ ਹਸੀਨ ਹੁਸੈਨ ਨੂੰ ਪਿਆਰੇ ਵਿੱਚ ਖੂਨ ਦੇ ਰੰਗਿਆ ਤਨਹਾ ਕਿਵੇਂ ਰੰਗੀਨ ਹੁਸੈਨ ਨੂੰ ਪਿਆਰੇ ਐਨਾ ਕਿਸੇ ਨੂੰ ਕੋਈ ਵੀ ਪਿਆਰਾ ਨਹੀਂ ਜਿੰਨਾ ਦੀਨ ਹੁਸੈਨ ਨੂੰ ਇੰਨਾ ਕਿਸੇ ਨੂੰ ਕੋਈ ਵੀ ਪਿਆਰਾ ਨਹੀਂ ਜਿੰਨਾ ਦੀਨ ਹੁਸੈਨ ਨੂੰ ਪਿਆਰੇ। ਸੱਲੋ ਅਲੈਹ ਵਾਲਿਹਿ ਸੱਲੋ ਅਲੈਹ ਵਾਲਿਹਿ ਲਹੀ